ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਮਨਜੀਤ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ। ਅੱਜ ਆਪਾਂ ਬਰਗਰ ਬਣਾਉਣ ਲੱਗੇ ਹਾਂ ਅਤੇ ਬਰਗਰ ਬਣਾਉਣ ਲਈ ਜੋ ਜੋ ਚੀਜ਼ਾਂ ਆਪਾਂ ਲਈਆਂ ਆ ਉਹਨਾਂ ਨੂੰ ਆਪਾਂ ਇੱਕ ਵਾਰੀ ਦੇਖ ਲੈਂਦੇ ਹਾਂ। ਬਰਗਰ ਲਈ ਆਪਾਂ ਜਿਹੜੇ ਦੋ ਆ ਬਰਗਰ ਲਏ ਆ, ਬੰਦ ਜਿਹੜੇ ਤੁਸੀਂ ਇਸ ਤਰੀਕੇ ਦੇ ਵੀ ਲੈ ਸਕਦੇ ਹੋ ਜਾਂ ਜਿਹੜਾ ਵੀ ਕੋਈ ਵੀ ਤੁਹਾਨੂੰ ਮਿਲੇ ਤੁਸੀਂ ਉਹ ਲੈ ਸਕਦੇ ਹੋ। 5-6 ਆਪਾਂ ਜਿਹੜੇ ਉਬਲੇ ਹੋਏ ਆਲੂ ਲਏ ਆ, ਆਲੂਆਂ ਨੂੰ ਆਪਾਂ ਫੇਂਕ ਕੇ ਤਿਆਰ ਕਰ ਲੈਣਾ ਆ ਅਤੇ ਅੱਧੀ ਕੁ ਕੌਲੀ ਜਿਹੜੀ ਆ ਆਪਾਂ ਪੋਹਾ ਲਿਆ ਆ, ਯਾਨੀ ਕਿ ਚਿਵੜਾ ਜਿਹੜਾ ਹੁੰਦਾ ਆ ਉਹ ਲਿਆ ਆ, ਇਹਨੂੰ ਆਪਾਂ ਥੋੜਾ ਜਿਹਾ ਪਾਣੀ ਦੇ ਵਿੱਚ ਭਿਓ ਕੇ ਨਰਮ ਕਰ ਲੈਣਾ ਆ। ਇਹਦੀ ਜਗ੍ਹਾ ਦੇ ਉੱਤੇ ਤੁਸੀਂ ਜਿੱਦਾਂ ਅਰਾਰੋਟ ਹੁੰਦਾ ਆ ਉਹ ਵੀ ਪਾ ਸਕਦੇ ਹੋ, ਤੇ ਜੇ ਅਰਾਰੋਟ ਨਾ ਹੋਵੇ ਤੁਹਾਡੇ ਕੋਲ ਤਾਂ ਤੁਸੀਂ ਇਹਦਾ ਇਸਤੇਮਾਲ ਵੀ ਕਰ ਸਕਦੇ ਹੋ। 2-3 ਚਮਚੇ ਧਨੀਆ ਆ, ਪਿਆਜ਼, ਟਮਾਟਰ, ਖੀਰਾ ਤੇ ਪਿਆਜ਼, ਇਹ ਜਿਹੜਾ ਆ ਆਪਾਂ ਬਰਗਰ ਦੇ ਵਿੱਚ ਪਾਣੇ ਆ। ਤੇ ਨਿਊਡਲ ਜਿਹੜੇ ਆ ਮੈਂ ਪਹਿਲਾਂ ਹੀ ਬਣਾ ਕੇ ਰੱਖੇ ਹੋਏ ਆ ਤੇ ਇਹਦੀ ਵੀਡੀਓ ਜਿਹੜੀ ਆਪਾਂ ਪਾ ਚੁੱਕੇ ਹੋਏ ਆ ਤੇ ਇਹਦਾ ਜਿਹੜਾ ਲਿੰਕ ਆ ਮੈਂ ਡਿਸਕ੍ਰਿਪਸ਼ਨ ਬਾਕਸ 'ਚ ਦੇ ਦੂੰਗੀ ਕਿ ਤੁਸੀਂ ਜਿਹੜੇ ਨਿਊਡਲ ਆ ਉਹ ਘਰ ਦੇ ਵਿੱਚ ਕਿਵੇਂ ਬਣਾ ਸਕਦੇ ਹੋ। 2-3 ਚਮਚੇ ਜਿਹੜੇ ਆਪਾਂ ਐਗਲੈਸ ਮਿਓਨੀਜ਼ ਲਈ ਆ, 1.5 ਕੁ ਚਮਚਾ ਜਿਹੜੀ ਆ ਚਿੱਲੀ ਸੌਸ ਲਈ ਆ ਤੇ 2-3 ਚਮਚੇ ਜਿਹੜੇ ਆ ਟਮਾਟੋ ਸੌਸ ਦੇ ਨੇ। ਇਹਨਾਂ ਤਿੰਨਾਂ ਨੂੰ ਮਿਲਾ ਕੇ ਆਪਾਂ ਬਰਗਰ ਵਾਸਤੇ ਜਿਹੜੀ ਸੌਸ ਬਣਾਉਣੀ ਆ ਉਹ ਸੌਸ ਬਣਾ ਕੇ ਤਿਆਰ ਕਰਾਂਗੇ। ਇੱਕ ਛੋਟਾ ਚਮਚਾ ਜਿਹੜਾ ਆ ਚਾਟ ਮਸਾਲੇ ਦਾ ਆ, ਬਾਕੀ ਜਿਹੜਾ ਲੂਣ ਮਿਰਚਾ ਮੈਂ ਤੁਹਾਨੂੰ ਜਦੋਂ ਪਾਉਣਾ ਉਦੋਂ ਤੁਹਾਨੂੰ ਦੱਸ ਦੂੰਗੀ। ਸਭ ਤੋਂ ਪਹਿਲਾਂ ਅਸੀਂ ਕੀ ਕਰਨਾ, ਜਿਹੜੇ ਸਾਡੇ ਆਲੂ ਆ ਇਹਨਾਂ ਨੂੰ ਅਸੀਂ ਫੇਂਕ ਕੇ ਤਿਆਰ ਕਰ ਲੈਣਾ ਹੈ। ਸਭ ਤੋਂ ਪਹਿਲਾਂ ਜਿਹੜਾ ਸਾਡਾ ਪੋਹਾ ਆ ਇਹਦੇ ਵਿੱਚ ਆਪਾਂ ਪਾਣੀ ਇਹ ਤਾਂ ਪਾ ਦੇਣਾ ਤਾਂ ਕਿ ਇਹ ਜਦੋਂ ਤੱਕ ਅਸੀਂ ਆਲੂ ਫੇਣੇ ਆ ਉਦੋਂ ਤੱਕ ਇਹ ਨਰਮ ਹੋ ਜੂਗਾ। ਇਹਨੂੰ ਆਪਾਂ ਸਾਈਡ 'ਤੇ ਕਰ ਦੇਣਾ ਹੈ ਅਤੇ ਆਲੂ ਜਿਹੜੇ ਆ ਆਪਾਂ ਡੋਂਗੇ ਦੇ ਵਿੱਚ ਹੱਥ ਦੇ ਨਾਲ ਹੀ ਜਿਹੜੇ ਆ ਇੱਦਾਂ ਫੇਂ ਲੈਣੇ। ਆਲੂ ਜਿਹੜੇ ਸਾਡੇ ਫੇਂਕ ਕੇ ਤਿਆਰ ਆ, ਹੁਣ ਆਪਾਂ ਇਹਦੇ ਵਿੱਚ ਪਾਉਣਾ ਹੈ ਲੂਣ, ਤੁਸੀਂ ਸਵਾਦ ਦੇ ਹਿਸਾਬ ਨਾਲ ਪਾਉਣਾ ਆ। 1/2 ਛੋਟੇ ਚਮਚੇ ਤੋਂ ਥੋੜ੍ਹਾ ਜਿਹਾ ਜ਼ਿਆਦਾ ਪਾਇਆ ਮੈਂ, 1/2 ਛੋਟਾ ਚਮਚਾ ਧਨੀਆ ਪਾਊਡਰ, ਲਾਲ ਮਿਰਚ, ਚਾਟ ਮਸਾਲਾ, ਥੋੜ੍ਹਾ ਜਿਹਾ ਆਪਾਂ ਇਹਦੇ 'ਚ ਪਾਵਾਂਗੇ ਗਰਮ ਮਸਾਲਾ ਵੀ, ਅੱਧਾ ਕੁ ਚਮਚੇ ਤੋਂ ਥੋੜ੍ਹੀ ਜਿਹੀ ਘੱਟ ਜਿਹੜੀ ਹੈ ਕਾਲੀ ਮਿਰਚ ਪਾਉਣੀ, ਧਨੀਆ ਵੀ ਪਾ ਦਾਂਗੇ ਨਾਲ ਹੀ। ਪੋਹਾ ਜਿਹੜਾ ਆ 5-7 ਮਿੰਟ ਲਈ ਪਾਣੀ ਦੇ ਵਿੱਚ ਭਿਉਣਾ ਆ, ਇਹਦੇ ਨਾਲ ਫਿਰ ਕੀ ਹੋਇਆ ਚੰਗੀ ਤਰੀਕੇ ਦੇ ਨਾਲ ਨਰਮ ਹੋ ਜਾਊਗਾ ਅਤੇ ਹੁਣ ਇਹਨੂੰ ਆਪਾਂ ਹੱਥਾਂ ਦੇ ਨਾਲ ਹੀ ਚੰਗੀ ਤਰ੍ਹਾਂ ਇੱਦਾਂ ਮਿਲਾ ਲੈਣਾ ਹੈ। ਆਲੂ ਜਿਹੜੇ ਆ ਸਾਡੇ ਤਿਆਰ ਨੇ। ਹੁਣ ਟਿੱਕੀ ਬਣਾਉਣ ਦੇ ਲਈ ਇੱਕ ਤਾਂ ਸਾਨੂੰ ਚਾਹੀਦੇ ਆ 3 ਕੁ ਚਮਚੇ ਮੈਦਾ, ਮੈਦੇ ਦੇ ਵਿੱਚ ਆਪਾਂ ਪਾਣੀ ਪਾ ਕੇ ਮੈਦੇ ਨੂੰ ਜਿਹੜਾ ਆ ਘੋਲ ਲੈਣਾ ਆ ਅਤੇ ਇੱਕ ਚਾਹੀਦੇ ਆ ਸਾਨੂੰ ਬ੍ਰੈਡ ਕ੍ਰੰਬਸ। ਬ੍ਰੈਡ ਕ੍ਰੰਬਸ ਜਿਹੜੇ ਆ ਬ੍ਰੈਡ ਦੇ ਜਿਹੜੇ ਟੁਕੜੇ ਲੈ ਕੇ ਤੁਸੀਂ ਉਹਨਾਂ ਨੂੰ ਮਿਕਸੀ ਦੇ ਵਿੱਚ ਪੀਸ ਲੈਣਾ ਆ। ਮਿਕਸੀ ਦੇ ਵਿੱਚ ਪੀਸਣ ਤੋਂ ਬਾਅਦ ਹਲਕਾ ਜਿਹਾ ਉਹਨਾਂ ਨੂੰ 2-3 ਮਿੰਟ ਵਾਸਤੇ ਤੁਸੀਂ ਘੱਟ ਗੈਸ ਸੇਕ ਦੇ ਉੱਤੇ ਉਹਨੂੰ ਸੇਕ ਲੈਣਾ ਆ ਅਤੇ ਇਸ ਤਰੀਕੇ ਦੇ ਜਿਹੜੇ ਬ੍ਰੈਡ ਕ੍ਰੰਬਸ ਜਿਹੜੇ ਆ ਬਣ ਕੇ ਸਾਡੇ ਤਿਆਰ ਹੋ ਜਾਂਦੇ ਆ। ਹੁਣ ਆਪਾਂ ਜਿਹੜਾ ਸਾਡਾ ਮੈਦਾ ਆ ਇਹਦੇ ਵਿੱਚ ਆਪਾਂ ਪਾਣੀ ਪਾ ਕੇ ਬਹੁਤ ਜ਼ਿਆਦਾ ਨਾ ਤਾਂ ਪਤਲਾ ਘੋਲ ਤਿਆਰ ਕਰਨਾ ਆ ਅਤੇ ਨਾ ਹੀ ਬਹੁਤ ਜ਼ਿਆਦਾ ਜਿਹੜਾ ਗਾੜਾ ਹੋਣਾ ਚਾਹੀਦਾ ਆ। ਮੈਦੇ ਦਾ ਘੋਲ ਜਿਹੜਾ ਸਾਡਾ ਬਣ ਕੇ ਤਿਆਰ ਆ, ਇੰਨਾ ਕੁ ਪਤਲਾ ਜਿਹੜਾ ਆਪਾਂ ਰੱਖਣਾ ਆ ਅਤੇ ਇਹਨੂੰ ਆਪਾਂ ਜਿਹੜਾ ਖੁੱਲ੍ਹੇ ਪਲੇਟ ਦੇ ਵਿੱਚ ਪਾ ਲੈਣਾ ਆ ਕਿਉਂਕਿ ਆਪਾਂ ਜਿਹੜੀ ਸਾਡੀ ਟਿੱਕੀ ਆ ਉਹ ਇਹਦੇ ਵਿੱਚ ਡੁਬਾਉਣੀ ਆ। ਇਹਨੂੰ ਇੱਦਾਂ ਹੱਥ ਦੇ ਨਾਲ ਇੱਦਾਂ ਸੈੱਟ ਕਰ ਲੈਣਾ। ਪਹਿਲਾਂ ਆਪਾਂ ਬ੍ਰੈਡ ਕ੍ਰੰਬਸ ਲਾਣੇ ਆ, ਫਿਰ ਆਪਾਂ ਇਹਨੂੰ ਮੈਦੇ ਦੇ ਵਿੱਚ ਇੱਦਾਂ ਘੋਲ ਦੇ ਵਿੱਚ ਡਿਬੋਣਾ ਆ ਤੇ ਦੁਬਾਰੇ ਫਿਰ ਆਪਾਂ ਇਹਦੇ ਉੱਤੇ ਬ੍ਰੈਡ ਕ੍ਰੰਬਸ ਲਾ ਕੇ ਇਹਨੂੰ ਆਪਾਂ ਫਰਾਈ ਕਰ ਲੈਣਾ। ਇੱਕ ਟਿੱਕੀ ਜਿਹੜੀ ਆ ਆਪਾਂ ਹੋਰ ਤਿਆਰ ਕਰ ਲੈਣੀ ਆ।
तेल जिहड़ा सरों का मैं गर्म कर लिया है, टिक्की जिहड़ी आपां पा लिया। टिक्की जिहड़ी साडी एक पासिओं सिक गई आ। पहला जो आपां तेल जिहड़ा चंगी तरह गर्म कर लेना है, उस तो बाद जिहड़ा सेक आ वह थोड़ा जिहा घट कर देना है। दूजे पासिओं भी आपां चंगी तरह सिकन देवांगे। टिक्की जिहड़ी साडी दोनों पासों सेक के तैयार आ, इहनू आपां प्लेट च कट लैणा आ। हुण आपां इहदे वास्ते जिहड़ी सॉस आ उह तैयार कर लैणी। मेयोनीज़ जिहड़ी आपां कौली च पा के, टमाटो सॉस भी पा देंगे ते चिल्ली सॉस, इन्हां नूं आपां मिला लेना चंगी तरह। सॉस जिहड़ी देखो साडी तैयार है, इस तरीके की जिहड़ी है सॉस सानूं चाहीदी है। हुण आपां जिहड़े साडे बर्गर ने इन्हां दे उत्ते आपां सॉस ला देनी है। दूसरे ते भी ला लेनी है आपां सॉस। हुण आपां इहदे उत्ते प्याज टमाटर ते खीरा जिहड़ा है वह इस तरीके नाल ला देना है। टिक्की ला देंगे, इहदे उपरों दी आपां इदां थोड़ी जिही सॉस जिहड़ी लावांगे। फिर एक बर्गर जिहड़ा साडा बन के तैयार आ, दूजा भी आपां इसे तरीके नाल तैयार करांगे। जे जिदा तुहाडे कोल मेयोनीज़ घर दे विच ना होवे, मेयोनीज़ दी जगह दे उत्ते जिहड़ी तुसीं क्रीम आ क्रीम भी पा सकते हो। दोनों बर्गर जिहड़े आ साडे बन के तैयार ने। बर्गर जिहड़े साडे दोनों ही बन के तैयार ने, बहुत वधिया बर्गर बन के तैयार होए ने। इसे तरीके नाल तुसीं इहनूं बनायो ते खायो। जे अज दी वीडियो तुहानूं पसंद आई तां वीडियो नूं लाइक जरूर करियो, शेयर करिया करो हर के वीडियो नूं फैमिली और फ्रेंड्स दे नाल। जे चैनल ते पहली बार आके तुसीं वीडियो देखदे पए हो तां चैनल नूं सबसक्राइब करियो, नाल ही घंटी दा बटन जरूर दबायो। उहदे नाल की होगा, असीं जिहड़ी वी कोई नवीं वीडियो पावांगे वो तुहाडे तक आराम नाल पहुंचे करूगी। वीडियो देखने लई बहुत बहुत धन्यवाद, ते कमेंट करके जरूर दस्यो कि वीडियो तुहानूं किवें दी लगी।